ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡੇ ਚੈਨਲ 'ਤੇ। ਤਾਂ ਦੋਸਤੋ, ਉਹਨਾਂ ਦੇ ਲਈ ਕੁਝ ਖਬਰੀ ਹੈ ਜਿਨ੍ਹਾਂ ਨੇ TGT ਚੰਡੀਗੜ੍ਹ ਦਾ ਪੇਪਰ ਦਿੱਤਾ ਸੀਗਾ, ਤਾਂ ਉਹਨਾਂ ਪੋਸਟਾਂ ਦੇ ਰਿਗਾਰਡਿੰਗ ਆਪਾਂ ਤੁਹਾਨੂੰ ਅਪਡੇਟ ਦੇਣ ਲੱਗੇ ਹਾਂ। ਸੋ ਦੋਸਤੋ, ਜੇਕਰ ਤੁਸੀਂ ਚੈਨਲ 'ਤੇ ਅੱਜ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ। ਤਾਂ ਦੋਸਤੋ, ਅੱਜ ਮੈਂ ਤੁਹਾਨੂੰ ਦੱਸਾਂਗਾ ਇਹਦੀ ਕੱਟ ਆਫ ਬਾਰੇ, ਵੀ ਇਹਦੇ ਵਿੱਚ ਕਿੰਨੀ ਕੁ ਕੱਟ ਆਫ ਆਪਣੀ ਰਹੇਗੀ ਜਨਰਲ ਦੇ ਵਿੱਚ, ਕਿੰਨੀ ਰਹੇਗੀ ਆਪਣੇ ਬਾਕੀ ਕੈਟਾਗਰੀਜ਼ ਦੇ ਵਿੱਚ, ਠੀਕ ਹੈ ਜੀ। ਸੋ ਇਹ ਤੁਹਾਨੂੰ ਹੁਣੇ ਨੋਟਿਸ ਦਿਖਾਉਂਦੇ ਹਾਂ ਆਪਾਂ ਸਾਰਾ। ਤਾਂ ਦੇਖੋ, ਆਪਾਂ ਆਫਿਸ਼ੀਅਲ ਵੈਬਸਾਈਟ 'ਤੇ ਵੀ ਆਏ ਹੋਏ ਹਾਂ। ਜਿਹੜੀਆਂ ਪੋਸਟਾਂ ਸੀਗੀਆਂ ਦੋਸਤੋ, ਸਾਇੰਸ ਮੈਡੀਕਲ, ਸਾਇੰਸ ਨੋਨ ਮੈਡੀਕਲ, ਸੋਸ਼ਲ ਸਟੱਡੀਜ਼ ਦੀਆਂ ਸੀ, ਸੰਸਕ੍ਰਿਤ, ਪੰਜਾਬੀ, ਮਿਊਜ਼ਿਕ, ਹੋਮ ਸਾਇੰਸ, ਮੈਥ, ਹਿੰਦੀ, ਫਾਈਨ ਆਰਟਸ, ਇੰਗਲਿਸ਼ ਐਂਡ DB ਦੀਆਂ ਪੋਸਟਾਂ ਸੀਗੀਆਂ। ਤਾਂ ਦੋਸਤੋ ਦੇਖੋ, JBT ਜਿਹੜੀਆਂ ਪੋਸਟਾਂ ਸੀਗੀਆਂ, ਤਾਂ ਇਹਨਾਂ ਨੂੰ ਨਾ ਸ਼ੋਰਟ ਲਿਸਟ ਕੀਤਾ ਗਿਆ ਤਾਂ ਕੈਟਾਗਰੀ ਵਾਈਜ਼। ਤਾਂ ਵੇਖੋ, ਇਹ ਤੁਹਾਨੂੰ ਮੈਂ ਦਿਖਾਉਣਾ ਹੁਣੇ। ਤਾਂ ਦੇਖੋ ਜੀ ਦੋਸਤੋ, ਜਰਨਲ ਦੀ ਜਿਹੜੀ ਹੈ 93 ਮਾਰਕਸ, ਠੀਕ ਹੈ ਜੀ, ਇਹ ਹੈ ਕੱਟ ਆਫ ਜਰਨਲ ਦੇ ਲਈ, ਠੀਕ ਹੈ ਜੀ। ਜਰਨਲ ਦੇ ਲਈ ਕੱਟ ਆਫ ਜਿਹੜੀ ਹੈ 93 ਮਾਰਕਸ ਘੱਟੋ ਘੱਟ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ OBC ਦੀ, 84 ਪੁਆਇੰਟ ਹੈ, ਠੀਕ ਹੈ ਜੀ। ਅਤੇ EWS ਦੀ 87 ਹੈ ਸਭ ਤੋਂ, ਫਿਰ SC ਦੀ ਗੱਲ ਕਰੀਏ ਤਾਂ 79 ਹੈ, ਔਰ ESM ਦੀ 64.15 ਅਤੇ PW ਦੀ 63.15। ਤਾਂ ਦੋਸਤੋ, ਇਹ ਆ ਜਿਹੜੀ ਕੱਟ ਆਫ ਹੈ, ਇਹੀ ਰਹੇਗੀ ਹੁਣ। ਤਾਂ ਜਿਨ੍ਹਾਂ ਜਿਨ੍ਹਾਂ ਨੇ ਪੇਪਰ ਦਿੱਤੇ ਸੀ, ਆਪਣੇ ਮਾਰਕਸ ਜ਼ਰੂਰ ਚੈੱਕ ਕਰ ਲਓ, ਅਤੇ ਜਿਨ੍ਹਾਂ ਦਾ ਪਾਸਿੰਗ ਮਾਰਕਸ ਆ ਚੁੱਕੇ ਨੇ, ਮਤਲਬ ਕਿ ਕੱਟ ਆਫ ਕਲੀਅਰ ਹੋ ਚੁੱਕੀ ਹੈ, ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਕਿੰਨੇ ਕੁ ਬੱਚੇ ਹੁਣ ਇਹਦੇ ਵਿੱਚ ਸ਼ੋਰਟ ਲਿਸਟਡ ਹੋ ਸਕੇ ਨੇ, ਕਿਉਂਕਿ ਅਸੀਂ ਹੁਣ ਸਾਰੀਆਂ PDF ਤਾਂ ਫਰੋਲ ਨਹੀਂ ਸਕਦੇ। ਸੋ ਦੋਸਤੋ, ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ। ਉਹਨਾਂ ਤੱਕ ਜ਼ਰੂਰ ਸ਼ੇਅਰ ਕਰ ਦੇਣਾ ਜਿਨ੍ਹਾਂ ਨੇ ਇਹ ਇਗਜ਼ਾਮ ਦਿੱਤੇ ਸੀਗੇ JBT ਦੇ। ਅਤੇ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ।